ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਮਹਿਕ ਵੰਸ ਗੇਨ ਬੈਕ ਵਿਦ ਅ ਨਿਊ ਵੀਡੀਓ। ਤੇ ਅੱਜ ਦੀ ਵੀਡੀਓ ਆ ਜੀ ਗਾਈਜ਼, ਕਿ ਆਫਟਰ 12th ਸਾਨੂੰ ਕੈਨੇਡਾ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ, ਜਾਂ ਆਫਟਰ 12th ਕਿਹੜੀਆਂ ਵਧੀਆ ਚੀਜ਼ਾਂ ਆ ਜਾਂ ਕਿਹੜੀਆਂ ਬੈਡ ਚੀਜ਼ਾਂ ਆ ਜਿਹੜੀਆਂ ਇੰਪੈਕਟ ਕਰਦੀਆਂ ਆ ਸਟੂਡੈਂਟ 'ਤੇ। ਸੋ ਅੱਜ ਆਪਾਂ ਉਸ ਬਾਰੇ 'ਚ ਗੱਲ ਕਰਾਂਗੇ। ਅਗਰ ਤਾਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਾਂ ਕਿਸੇ ਨੂੰ ਸ਼ੇਅਰ ਕਰ ਸਕਦੇ ਹੋ, ਕਿਸੇ ਨੇ ਕੈਨੇਡਾ ਜਾਣਾ ਤਾਂ ਉਹ ਵੀ ਕਰ ਦਿਓ, ਉਹਨੂੰ ਇਨਫੋਰਮੇਸ਼ਨ ਮਿਲ ਜਾਏਗੀ। ਬਾਕੀ ਕੋਈ ਚੱਕਰ ਨਹੀਂ ਆ। ਹਾਂ, ਅਗਰ ਕੋਈ ਹੈਲਪ ਚਾਹੀਦੀ ਹੈ ਤਾਂ ਮੈਂ ਇੰਸਟਾਗ੍ਰਾਮ ਹੈਂਡਲ ਇੱਥੇ ਦੇ ਦਿਆਂਗਾ ਜੀ, ਮੈਨੂੰ ਮੈਸੇਜ ਕਰ ਲਿਓ, ਮੈਂ ਜ਼ਰੂਰ ਤੁਹਾਡਾ ਰਿਪਲਾਈ ਕਰੂੰਗਾ। ਬਾਕੀ ਜੋ ਕਰਨਾ ਹੈ ਕਰੋ, ਬਟ ਇਸ ਵੀਡੀਓ ਨੂੰ ਲਾਸਟ ਤੱਕ ਇੰਜੋਏ ਜ਼ਰੂਰ ਕਰੋ। ਜਾਂ ਕੀ ਨੁਕਸਾਨ, ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ। ਦੇਖੋ, ਜਦੋਂ ਆਫਟਰ 12th ਇੱਕ ਸਟੂਡੈਂਟ ਆਉਂਦਾ ਆ, ਮੈਂ ਵੀ ਸਟੂਡੈਂਟ ਆਇਆ, ਜਦੋਂ ਆਫਟਰ 12th ਇੱਕ ਸਟੂਡੈਂਟ ਆਉਂਦਾ ਆ, ਸੋ ਉਹ ਸਟੂਡੈਂਟ ਕੀ ਹੁੰਦਾ ਕਿ ਆਪਾਂ ਇੰਨੇ ਉਸ ਲੈਵਲ ਤੱਕ ਮਚਿਓਰ ਨਹੀਂ ਹੁੰਦੇ। ਆਪਾਂ ਕਹਿੰਦੇ ਤਾਂ ਹੈਗੇ ਆਪਾਂ ਮਚਿਓਰ ਹੈਗੇ, ਬਟ ਉਸ ਲੈਵਲ ਤੱਕ ਮਚਿਓਰ ਨਹੀਂ ਹੁੰਦੇ ਕਿ ਉਹ ਫੈਸਲੇ ਲੈ ਸਕੀਏ। ਜਦੋਂ ਆਪਾਂ ਆਫਟਰ 12th ਇੱਥੇ ਆਉਂਦੇ ਹਾਂ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਹੁੰਦਾ ਕਿ ਆਪਾਂ ਕੋਈ ਇੱਕ ਜੋਬ ਲੱਭੀਏ ਵਧੀਆ ਜੀ, ਬਿਕੋਜ਼ ਆਪਣਾ ਪੰਜਾਬੀਆਂ ਦਾ ਮੇਨ ਮੋਟਿਵ ਇਹੋ ਹੀ ਆ ਕਿ ਆਪਾਂ ਪੈਸੇ ਕਮਾਉਣੇ, ਹੈ ਨਾ। ਸੋ ਮੈਂ ਸੱਚਾਈ ਕਰਾਂਗਾ, ਕੋਈ ਝੂਠੀ ਗੱਲ ਨਹੀਂ ਯਾਰ, ਕਿ ਆਪਣਾ ਮੇਨ ਮੋਟਿਵ ਇਹੋ ਹੀ ਆ ਕਿ ਯਾਰ ਆਪਾਂ ਪੈਸੇ ਕਮਾਉਣੇ ਆ, ਠੀਕ ਹੈ। ਸੋ ਆਪਾਂ ਉਹਦੇ ਚੱਕਰ ਦੇ ਵਿੱਚ ਕੀ ਕਰਦੇ ਹਾਂ ਕਿ ਆਪਾਂ ਸਟੱਡੀ ਲੈ ਕੇ ਔਰ ਆਪਾਂ ਇੱਥੇ ਆ ਜਾਂਦੇ ਹਾਂ, ਠੀਕ ਹੈ। ਹੁਣ ਇੱਥੇ ਸਟੱਡੀ ਦੇ ਵਿੱਚ ਆਪਾਂ ਨੂੰ ਕੀ ਹੁੰਦਾ ਆ ਕਿ ਆਪਾਂ ਸਟੱਡੀ ਦੇ ਨਾਲ ਨਾਲ ਜੋਬ ਕਰਦੇ, ਆਪਣੀਆਂ ਫੀਸਾਂ ਕੱਢਦੇ ਹਾਂ, ਔਰ ਸਭ ਕੁਝ ਬਹੁਤ ਵਧੀਆ ਹੁੰਦਾ। ਸਭ ਤੋਂ ਵਧੀਆ ਚੀਜ਼ ਜਿਹੜੀ ਮੈਂ ਦੱਸਣਾ ਚਾਹਾਂਗਾ ਆਫਟਰ 12th ਆਉਣ ਦੇ ਵਿੱਚ, ਕਿ ਇੱਥੇ ਐਕਸਪੋਜ਼ਰ ਆ, ਤੁਸੀਂ ਇੱਥੇ ਐਕਸਪੋਜ਼ ਕਰ ਸਕਦੇ ਹੋ ਇਕੱਲੀਆਂ ਇਕੱਲੀਆਂ ਚੀਜ਼ਾਂ ਨੂੰ, ਤੁਹਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ, ਔਰ ਛੋਟੀ ਉਮਰ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਇਹਦੇ ਚ। ਬਿਕੋਜ਼ ਇੰਡੀਆ ਦੇ ਵਿੱਚ ਕੀ ਹੁੰਦਾ, ਫੈਮਲੀ ਤੁਹਾਡੇ ਨਾਲ ਹੁੰਦੀ ਹੈ ਸਪੋਰਟ ਲਈ, ਰਿਲੇਟਿਵਸ ਤੁਹਾਡੇ ਨਾਲ ਹੁੰਦੇ ਆ ਸਪੋਰਟਸ ਲਈ, ਤੁਹਾਡਾ ਫਰੈਂਡ ਸਰਕਲ ਤੁਹਾਡੇ ਨਾਲ ਹੁੰਦੇ ਆ ਸਪੋਰਟ ਲਈ, ਬਟ ਇੱਥੇ ਸਾਨੂੰ ਸਾਰਾ ਕੁਝ ਆਪਣੇ ਆਪ ਹੀ ਕਰਨਾ ਪੈਣਾ ਆ। ਏ ਟੂ ਜੈਡ ਤੱਕ ਈਚ ਐਂਡ ਐਵਰੀਥਿੰਗ ਤੁਹਾਨੂੰ ਆਪ ਕਰਨੀ ਪੈਣੀ ਆ। ਅਗਰ ਤੁਸੀਂ ਕੰਮ ਲੱਭਣਾ, ਤੁਹਾਨੂੰ ਆਪ ਲੱਭਣਾ ਪੈਣਾ, ਤੁਸੀਂ ਕਿਤੇ ਜਾਣਾ, ਤੁਹਾਨੂੰ ਆਪ ਜਾਣਾ ਪੈਣਾ, ਕੋਈ ਵੀ ਕੰਮ ਕਰਵਾਉਣਾ ਤੁਸੀਂ ਆਪ ਕਰਨਾ, ਫਰੈਂਡਸ ਹੈਲਪ ਕਰ ਦੇਣ, ਉਹ ਚੀਜ਼ ਇੱਕ ਅਲੱਗ ਆ, ਬਟ ਤੁਹਾਨੂੰ ਇੱਥੇ ਸਾਰਾ ਕੁਝ ਕੀ ਹੈ ਕਿ ਮੋਸਟਲੀ ਆਪ ਹੀ ਕਰਨਾ ਪੈਂਦਾ ਆ। ਸੋ ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਸਾਨੂੰ ਐਕਸਪੀਰੀਅੰਸ ਆਉਂਦਾ, ਐਕਸਪੀਰੀਅੰਸ ਆਏਗਾ ਤਾਂ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਸੋ ਉਹ ਇੱਕ ਬੈਨੀਫਿਟ ਆ ਕਿ ਆਫਟਰ 12th ਆ ਜਾਣਾ ਚਾਹੀਦਾ। ਉਹਦੇ ਨਾਲ ਬੰਦੇ ਨੂੰ ਮਨੀ ਦੀ ਇੰਪੋਰਟੈਂਸ, ਸਭ ਤੋਂ ਵੱਡੀ ਚੀਜ਼ ਹੈ ਕਿ ਮਨੀ ਦੀ ਇੰਪੋਰਟੈਂਸ ਪਤਾ ਚੱਲਦੀ ਆ। ਮਨੀ ਦੀ ਇੰਪੋਰਟੈਂਸ ਕਿੱਦਾਂ ਪਤਾ ਚੱਲਦੀ ਆ, ਬਿਕੋਜ਼ ਜਦੋਂ ਬੰਦਾ ਸਾਰੀ, ਮੈਂ ਹਰ ਕਿਸੇ ਨੂੰ ਨਹੀਂ ਕਹਿ ਰਿਹਾ, ਮੈਂ ਚਲੋ ਆਪਣੀ ਗੱਲ ਹੀ ਕਰਦਾ ਹਾਂ, ਜਿੰਨੇ ਬੰਦੇ ਨੇ ਇੰਡੀਆ ਦੇ ਵਿੱਚ, ਆਪਾਂ 12th ਤੱਕ ਮੈਨੂੰ ਨਹੀਂ ਲੱਗਦਾ ਆਪਾਂ 12th ਤੱਕ ਕੋਈ ਵੀ ਪੈਸਾ ਕਮਾਉਂਦੇ ਹਾਂ, ਠੀਕ ਹੈ ਨਾ। ਆਪਾਂ 12th ਤੱਕ ਬਸ ਪਾਪਾ ਦੇ ਸਿਰ 'ਤੇ ਐਸ਼ ਕਰਦੇ ਹਾਂ, ਮੰਮਾ ਦੇ ਸਿਰ 'ਤੇ ਐਸ਼ ਕਰਦੇ ਹਾਂ, ਉਡਾਉਂਦੇ ਹਾਂ ਵੈਸੇ, ਠੀਕ ਹੈ। ਸੋ ਕੀ ਹੁੰਦਾ ਕਿ ਜਦੋਂ ਆਪਾਂ ਇੱਥੇ ਆ ਜਾਂਦੇ ਹਾਂ ਪਲੱਸ ਟੂ ਤੋਂ ਬਾਅਦ, ਆਪਾਂ ਆ ਕੇ ਇੱਥੇ ਆਪਾਂ ਸੇਵਿੰਗ ਵੱਲ ਧਿਆਨ ਦਿੰਦੇ ਹਾਂ। ਸਭ ਤੋਂ ਵੱਡੀ ਚੀਜ਼ ਇਹ ਆ ਕਿ ਸਾਨੂੰ ਸੇਵਿੰਗ ਕਰਨੀ ਆਉਂਦੀ, ਸਾਨੂੰ ਪਤਾ ਚੱਲਦਾ ਕਿ ਪੈਸੇ ਕਿੱਦਾਂ ਜੋੜਨੇ ਆ, ਕਿੱਦਾਂ ਖਰਚਣੇ ਆ, ਕਿੱਦਾਂ ਕੋਈ ਫਾਲਤੂ ਖਰਚਾ ਨਹੀਂ ਕਰਨਾ, ਪੈਸੇ ਕਿੱਦਾਂ ਸੇਵ ਕਰਨੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਜਲਦੀ ਸਿੱਖਣ ਨੂੰ ਮਿਲ ਜਾਂਦੀਆਂ। ਅਗਰ ਇਹੋ ਹੀ ਆਪਾਂ ਇੰਡੀਆ 'ਚ ਹੋਈਏ, ਆਪਾਂ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਵੀ ਨਹੀਂ ਆਪਾਂ ਇਸ ਚੀਜ਼ 'ਤੇ ਧਿਆਨ ਦਿੰਦੇ, ਹੈ ਨਾ। ਸੋ ਇੱਥੇ ਕੀ ਹੈ ਕਿ ਇਹ ਚੀਜ਼ਾਂ ਤੁਹਾਨੂੰ ਜਲਦੀ ਸਿੱਖਣ ਨੂੰ ਮਿਲ ਜਾਂਦੀਆਂ। ਹੁਣ ਆਪਾਂ ਗੱਲ ਕਰੀਏ ਕਿ ਪੁਆਇੰਟਸ ਵਗੈਰਾ ਦੀ ਜਾਂ ਕਿੱਦਾਂ। ਸੋ ਜੇ ਤੁਹਾਨੂੰ ਮੈਂ ਇੱਕ ਵਧੀਆ ਚੀਜ਼ ਦੱਸ ਰਿਹਾ, ਉਹਦੇ ਨਾਲ ਇੱਕ ਮਾੜੀ ਚੀਜ਼ ਵੀ ਤੁਹਾਨੂੰ ਮੈਂ ਨਾਲ ਨਾਲ ਜ਼ਰੂਰ ਦੱਸੂਗਾ, ਠੀਕ ਹੈ। ਸੋ ਮਾੜੀ ਚੀਜ਼ ਇੱਦਾਂ ਆ ਕਿ ਪਲੱਸ ਟੂ ਤੋਂ ਬਾਅਦ ਜੇ ਆਪਾਂ ਓਨਟੈਰੀਓ ਦੇ ਵਿੱਚ ਆਉਂਦੇ, ਆਪਣੇ ਪੁਆਇੰਟਸ ਨਹੀਂ ਪੂਰੇ ਹੁੰਦੇ। ਕਿਉਂ? ਬਿਕੋਜ਼ ਪਲੱਸ ਟੂ ਕਰਕੇ ਆਏ ਹੁੰਦੇ ਆ, ਸਾਡੇ ਪੁਆਇੰਟਸ ਥੋੜ੍ਹੇ ਹੁੰਦੇ ਆ, ਅਤੇ ਬਿਕੋਜ਼ ਪੀ ਆਰ ਵਾਸਤੇ ਤੁਹਾਨੂੰ ਇੱਕ ਪੁਆਇੰਟਸ ਕੈਲਕੂਲੇਸ਼ਨ ਕਰਨੀ ਪੈਂਦੀ ਆ, ਜਿਹਦੇ ਵਿੱਚ ਤੁਹਾਨੂੰ ਜਿੰਨੇ ਪੁਆਇੰਟਸ ਪੀ ਆਰ ਵਾਸਤੇ ਚਾਹੀਦੇ ਹੋਣ ਓਨਟੈਰੀਓ ਦੇ ਵਿੱਚ, ਉਹ ਕੰਪਲੀਟ ਕਰੋਗੇ ਤਾਂ ਪੀ ਆਰ ਮਿਲਦੀ ਆ। ਬਟ ਜੇ ਪਲੱਸ ਟੂ ਤੋਂ ਬਾਅਦ ਆਉਂਦੇ ਆ, ਫਿਰ ਆਪਾਂ ਨੂੰ ਕੀ ਹੁੰਦਾ, ਆਪਾਂ ਕਹਿੰਦੇ ਹਾਂ ਕਿ LMIA ਲੱਗ ਜੇ, PNP ਹੋ ਜਾਵੇ, ਜਾਂ ਉਹ ਚੀਜ਼ਾਂ ਆਪਾਂ, ਬਿਕੋਜ਼ ਆਪਣੇ ਪੁਆਇੰਟਸ ਉੱਦਾਂ ਪੂਰੇ ਨਹੀਂ ਹੁੰਦੇ, ਆਪਾਂ ਨੂੰ ਮੂਵ ਕਰਨਾ ਪੈਂਦਾ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਕਿਉਂਕਿ ਆਪਣੇ ਇੱਥੇ ਪੁਆਇੰਟਸ ਨਹੀਂ ਪੂਰੇ ਹੁੰਦੇ। ਇਹ ਇੱਕ ਪਲੱਸ ਟੂ ਦਾ ਘਾਟਾ ਆ ਜੀ ਇੱਥੇ। ਬਾਕੀ ਮੇਰੇ ਹਿਸਾਬ ਨਾਲ ਫਾਇਦਾ ਹੀ ਫਾਇਦਾ ਆ। ਹੋਰ ਤੁਹਾਨੂੰ ਮੈਂ ਫਾਇਦੇ ਦੱਸ ਦਿੰਦਾ ਹਾਂ। ਜਦੋਂ ਤੁਸੀਂ ਪਲੱਸ ਟੂ ਤੋਂ ਬਾਅਦ ਆਉਂਦੇ ਹੋ, ਸਭ ਤੋਂ ਪਹਿਲਾਂ ਕੀ ਹੁੰਦਾ ਕਿ ਆਪਾਂ ਇੰਡੀਆ 'ਚ, ਸਭ ਤੋਂ ਇੱਕ ਜਿਹੜਾ ਕੈਨੇਡਾ ਦੇਸ਼ ਆ ਨਾ ਜੀ, ਮੈਨੂੰ ਲੱਗਦਾ ਹੈ ਕਿ ਇਹ ਸੁਪਨੇ ਪੂਰਾ ਕਰਨ ਵਾਲਾ ਦੇਸ਼ ਆ। ਸੁਪਨੇ ਕਿੱਦਾਂ ਪੂਰੇ ਹੁੰਦੇ ਆ, ਬਿਕੋਜ਼ ਤੁਸੀਂ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਤੁਸੀਂ ਕਦੀ ਸੋਚ ਨਹੀਂ ਸਕਦੇ ਕਿ ਤੁਸੀਂ ਮਰਸਡੀਜ਼, ਬੀਮਰ ਜਾਂ ਕੋਈ ਵੀ ਵੱਡੀਆਂ ਗੱਡੀਆਂ ਤੁਸੀਂ ਆਪਣੇ ਸਿਰ 'ਤੇ ਲਓਗੇ। ਇੱਥੇ ਜੀ ਸਟੂਡੈਂਟਸ ਮਸਟੈਂਗ, ਬੀਮਰ, ਈ ਵੱਡੀ ਤੋਂ ਵੱਡੀ ਗੱਡੀ ਸਾਰੇ ਸਟੂਡੈਂਟਸ ਨੇ ਰੱਖੀਆਂ ਹੋਈਆਂ, ਔਰ ਉਹ ਆਪਣੇ ਸਿਰ 'ਤੇ ਲੈਂਦੇ ਆ, ਠੀਕ ਆ, ਆਪਣੇ ਸਿਰ 'ਤੇ ਕਿਸ਼ਤਾਂ ਦਿੰਦੇ ਆ, ਆਪ ਕੰਮ ਕਰਦੇ ਆ, ਸਭ ਕੁਝ ਆਪਣੇ ਸਿਰ 'ਤੇ ਆ। ਮੈਂ ਇੱਕ ਵੀਡੀਓ ਬਣਾਊਂਗਾ, ਮੈਨੂੰ ਨਾ ਮੇਰੀ ਇੰਸਟਾਗ੍ਰਾਮ ਦੇਖ ਕੇ ਬੜੇ ਲੋਕਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਬਾਈ ਯਾਰ ਕੈਨੇਡਾ ਲਾਈਫ ਬਹੁਤ ਵਧੀਆ, ਕੈਨੇਡਾ ਲਾਈਫ ਬਹੁਤ ਵਧੀਆ।
ਮੈਂ ਉਹਦੇ ਵਿੱਚ ਦੱਸਣਾ ਚਾਹੁੰਦਾ ਕਿ ਜਿੰਨੀ ਸਟੂਡੈਂਟ ਇੱਥੇ ਜੀ ਮਿਹਨਤ ਕਰਦੇ ਆ ਨਾ, ਉਹਨਾਂ ਕੋਈ ਮਿਹਨਤ ਨਹੀਂ ਕਰਦਾ, ਜਿੰਨੇ ਉਹ ਸ਼ੌਂਕ ਪੂਰੇ ਇੱਥੇ ਕਰਦੇ ਆ, ਉਹਨਾਂ ਸਿਟੀਜ਼ਨ ਵੀ ਬੰਦਾ ਪੂਰਾ ਨਹੀਂ ਕਰਦਾ ਜਿੰਨੇ ਸ਼ੌਂਕ ਸਟੂਡੈਂਟ ਪੂਰੇ ਕਰਦੇ ਆ ਆਪਣੇ। ਇਕੱਲੀ ਇਕੱਲੀ ਚੀਜ਼ ਸਟੂਡੈਂਟਸ ਕੋ ਹੁੰਦੀ ਹੈ, ਇਕੱਲੀ ਇਕੱਲੀ ਚੀਜ਼। ਸੋ ਉਹ ਵੀ ਇੱਕ ਵੀਡੀਓ ਮੈਂ ਸੈਪਰੇਟ ਬਣਾਊਂਗਾ, ਉਹਦੇ ਵਿੱਚ ਮੈਂ ਟਰੁੱਥ ਦੱਸੂੰਗਾ ਕਿ ਸਾਰਾ ਕੀ ਟਰੁੱਥ ਹੈਗਾ ਆ। ਬਟ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ 12th ਤੋਂ ਬਾਅਦ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਤੁਹਾਨੂੰ ਮੈਂ ਦੱਸਤਾ ਕਿ ਇੱਥੇ ਸ਼ੌਂਕ ਪੂਰੇ ਹੁੰਦੇ ਆ, ਠੀਕ ਹੈ ਜੀ। ਆਪਾਂ ਉਹਦੇ ਨਾਲ ਉਹ ਇੱਕ ਮੇਰੇ ਹਿਸਾਬ ਨਾਲ ਤਾਂ ਬੈਨੀਫਿਟ ਆ ਸਟੂਡੈਂਟਸ ਲਈ, ਜਾਂ ਕੋਈ ਵੀ ਆਫਟਰ ਪਲੱਸ ਟੂ ਆ ਰਿਹਾ 18 ਈਅਰਸ ਦਾ ਆ ਜਾਂ 19 ਈਅਰਸ ਦਾ ਆ। ਸੋ ਉਹਦੇ ਲਈ ਤਾਂ ਵਧੀਆ ਗੱਲ ਆ ਨਾ ਕਿ ਯਾਰ ਦੇਖੋ 21-22-23 ਤੱਕ ਉਹਨੇ ਆਪਣੀ ਗੱਡੀ ਲੈ ਲਈ, ਸੈਟਲ ਹੋ ਗਿਆ, ਫਿਰ ਆਪਣਾ PR ਹੋ ਜਾਏਗਾ, ਚਲੋ ਫਿਰ ਉਸ ਤੋਂ ਬਾਅਦ ਘਰ ਵੀ ਲੈ ਲਏਗਾ। ਜੇ ਉਹ ਮਿਹਨਤ ਕਰ ਰਿਹਾ ਤਾਂ ਉਹ ਸੈਟਲ ਹੋ ਸਕਦਾ ਆ, ਠੀਕ ਹੈ ਨਾ। ਇਹੋ ਜੇ ਆਪਾਂ ਇੰਡੀਆ ਤੱਕ ਹੁੰਦੇ, ਆਪਾਂ 22-23 ਤੱਕ ਤਾਂ ਆਪਾਂ ਡਿਗਰੀ ਕਰਦੇ ਰਹਿ ਜਾਣਾ ਸੀ, ਡਿਗਰੀ ਕਰਨੀ ਸੀ। ਡਿਗਰੀ ਕਰਨ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਨਹੀਂ ਚੱਲਣਾ ਸੀਗਾ ਯਾਰ ਕਿਹੜੀ ਜੋਬ ਕਰਨੀ ਹੈ ਕਿਹੜੀ ਨਹੀਂ ਕਰਨੀ। ਅਗਰ ਵਧੀਆ ਜੋਬ ਮਿਲ ਵੀ ਜਾਂਦੀ ਤਾਂ ਵਧੀਆ ਜੋਬ ਕਿੰਨੇ ਦੀ ਮਿਲ ਜਾਣੀ ਸੀ, 30,000, 40,000, 50,000, ਠੀਕ ਆ। 50,000 ਵੀ ਮੈਂ ਬਹੁਤ ਜ਼ਿਆਦਾ ਕਹਿਤਾ, 30,000-40,000 ਤੱਕ ਹੈ ਨਾ ਆਪਾਂ ਨੂੰ ਜੋਬ ਮਿਲਣੀ ਸੀ। ਬਟ ਉਹਦੇ ਵਿੱਚ ਆਪਾਂ ਬੀਮਰ ਲੈਣ ਦੀ ਨਹੀਂ ਸੋਚ ਸਕਦੇ, ਉਹਦੇ ਵਿੱਚ ਆਪਾਂ ਮਰਸਡੀਜ਼ ਲੈਣ ਦੀ ਨਹੀਂ ਸੋਚ ਸਕਦੇ, ਆਪਾਂ ਮਸਟੈਂਗ ਚਲੋ ਨਹੀਂ ਆਪਾਂ ਲੈ ਨਹੀਂ ਸਕਦੇ, ਹੈ ਨਾ। ਸੋ ਇਹ ਚੀਜ਼ਾਂ ਹੁੰਦੀਆਂ, ਇੱਥੇ ਤੁਸੀਂ ਉਹ ਚੀਜ਼ਾਂ ਲੈ ਸਕਦੇ ਹੋ, ਆਪਣਾ ਫੋਨ ਆਪਣੇ ਸਿਰ 'ਤੇ ਲੈ ਸਕਦੇ ਹੋ। ਤੁਹਾਨੂੰ ਸੋਚਣਾ ਨਹੀਂ ਪਏਗਾ ਕਿ ਹਾਂ ਬਾਈ ਮੈਂ ਕਿਹੜੀ ਚੀਜ਼ ਲੈਣੀ ਆ। ਮੈਂ ਆਪਣੀ ਇਗਜ਼ਾਮਪਲ ਦੇ ਦਿੰਦਾ, ਮੈਂ ਕੋਈ ਵੀ ਚੀਜ਼ ਲੈਣੀ ਹੁੰਦੀ ਸੀ ਮੈਂ ਪਾਪਾ ਨੂੰ ਰਿਕੁਐਸਟ ਕਰਦਾ ਸੀ, ਔਰ ਪਾਪਾ ਮੈਨੂੰ ਮੋਸਟਲੀ, ਮੇਰੇ ਪਾਪਾ ਦਾ ਹਮੇਸ਼ਾ ਸਪੋਰਟ ਰਹੀ ਆ ਜੀ ਮੈਨੂੰ, ਮੇਰੇ ਪਾਪਾ ਮੈਨੂੰ ਇਕੱਲੀ ਇਕੱਲੀ ਚੀਜ਼ ਲੈ ਕੇ ਦਿੰਦੇ ਸੀ। ਬਟ ਇੱਥੇ ਕੀ ਆ, ਇੱਥੇ ਹੁਣ ਸਾਰਾ ਕੁਝ ਆਪੇ ਲੈਣਾ। ਮੈਂ ਜਦੋਂ ਦਾ ਇੱਥੇ ਆਇਆ ਮੈਂ ਡਰੋਨ ਲਿੱਤਾ ਆ ਕੇ, ਮੈਂ GoPro ਇੱਥੇ ਆ ਕੇ ਲਿੱਤਾ, ਹੋਰ ਵੀ ਜਿੰਨੀ ਸ਼ੋਪਿੰਗ ਕਰਨੀ ਸਾਰਾ ਕੁਝ ਆਪਣੇ ਸਿਰ 'ਤੇ ਕਰੀਦੀ ਆ, ਬਿਕੋਜ਼ ਆਪਾਂ ਕਮਾ ਰਹੇ ਹਾਂ ਅਤੇ ਆਪਾਂ ਖਰਚ ਰਹੇ ਹਾਂ, ਔਰ ਫੈਮਿਲੀ ਵੀ ਸਪੋਰਟ ਕਰ ਰਹੀ ਆ। ਸੋ ਇਹ ਚੀਜ਼ ਮੇਰੇ ਹਿਸਾਬ ਨਾਲ ਬੈਸਟ ਆ ਆਫਟਰ 12th ਆਉਣ ਲਈ। ਇੱਕੋ ਚੀਜ਼ ਮੈਨੂੰ ਮਾੜੀ ਲੱਗਦੀ ਹੈ ਕਿ ਜਿਹੜੇ ਪੁਆਇੰਟਸ ਨਹੀਂ ਪੂਰੇ ਹੁੰਦੇ। ਹਾਂ, ਹੁਣ ਤੁਹਾਨੂੰ ਇੱਕ ਮਾੜੀ ਚੀਜ਼ ਦੱਸਦਾ ਜੀ, ਉਹ ਤੁਸੀਂ ਮਾੜੀ ਮੇਰੇ ਹਿਸਾਬ ਨਾਲ ਬਹੁਤ ਮਾੜੀ ਆ, ਬਟ ਜੋ ਤਰੁੱਥ ਆ ਮੈਂ ਉਹ ਦੱਸਣਾ ਚਾਹਾਂਗਾ ਕਿ ਸਟੂਡੈਂਟਸ ਇੱਥੇ ਆ ਕੇ ਥੋੜ੍ਹੇ ਗਲਤ ਰਾਹ ਫੜ ਲੈਂਦੇ ਆ। ਗਲਤ ਰਾਹ ਕਿਸ ਤਰ੍ਹਾਂ ਕਿ ਆਫਟਰ 12th ਆਏ ਹੁੰਦੇ ਆ, ਇੰਨੀ ਸਮਝ ਨਹੀਂ ਹੁੰਦੀ। ਆਈ ਡੋਂਟ ਨੋ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ, ਬਟ ਮੈਂ ਕਰਨਾ ਚਾਹੂੰਗਾ। ਆਫਟਰ 12th ਆਉਂਦੇ ਆ, ਇੰਨੀ ਸਮਝ ਨਹੀਂ ਹੁੰਦੀ, ਨਸ਼ੇ ਕਰਨੇ ਸ਼ੁਰੂ ਕਰ ਦਿੰਦੇ ਆ ਜਾਂ ਗਲਤ ਸੰਗਤ 'ਚ ਪੈ ਜਾਂਦੇ ਆ। ਯਾਰ ਦੇਖੋ ਸਾਰਾ ਕੁਛ ਤੁਹਾਡੇ 'ਤੇ ਡਿਪੈਂਡ ਕਰਦਾ ਆ। ਮੇਰੇ ਕਈ ਇੱਥੇ ਇੱਦਾਂ ਦੇ ਫਰੈਂਡਸ ਆ ਜਿਹੜੇ ਨਸ਼ੇ ਕਰਦੇ ਹੋਣਗੇ ਜਾਂ ਜਿਹੜੇ ਗਲਤ ਸੰਗਤ 'ਚ ਹੋਣਗੇ, ਤਾਂ ਮਤਲਬ ਇਹ ਤਾਂ ਨਹੀਂ ਕਿ ਮੈਂ ਗਲਤ ਸੰਗਤ 'ਚ ਪੈ ਜਾਵਾਂਗਾ। ਵੀ ਅਗਰ ਮੇਰੇ ਘਰ ਦੇ ਮੇਰੇ 'ਤੇ ਟਰੱਸਟ ਕਰ ਰਹੇ ਆ, ਉਹਨਾਂ ਨੂੰ ਸਭ ਕੁਛ ਪਤਾ ਆ, ਤਾਂ ਮੈਂ ਉਹਨਾਂ ਨੂੰ ਇਕੱਲੀ ਇਕੱਲੀ ਗੱਲ ਸ਼ੇਅਰ ਕਰਦਾ ਹਾਂ। ਸੋ ਉਹ ਮੇਰੇ 'ਤੇ ਆ ਕਿ ਮੈਂ ਕਿੱਦਾਂ ਆਪਣੇ ਆਪ ਨੂੰ ਰੱਖਣਾ। ਸੋ ਪਲੀਜ਼ ਇਸ ਚੀਜ਼ ਦਾ ਧਿਆਨ ਰੱਖੋ ਕਿ ਹਾਂ ਇੱਥੇ ਆ ਕੇ ਲੋਕਾਂ ਵੱਲ ਦੇਖ ਕੇ ਆਪਾਂ ਗਲਤ ਕੰਮ ਨਹੀਂ ਕਰਨੇ, ਹੈ ਨਾ। ਸੋ ਇਹ ਚੀਜ਼ਾਂ ਆ ਮੋਸਟਲੀ ਕਿ ਪਲੱਸ ਟੂ ਤੋਂ ਬਾਅਦ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ। ਮੇਰੇ ਹਿਸਾਬ ਨਾਲ ਪਲੱਸ ਟੂ ਤੋਂ ਬਾਅਦ ਆਉਣਾ ਚਾਹੀਦਾ ਹੈ। ਬਾਕੀ ਜੇਕਰ ਤੁਸੀਂ ਗ੍ਰੈਜੂਏਸ਼ਨ ਕਰਕੇ ਆਉਂਦੇ ਹੋ ਉਹ ਵੀ ਵਧੀਆ ਆ, ਬਿਕੋਜ਼ ਗ੍ਰੈਜੂਏਸ਼ਨ ਤੋਂ ਬਾਅਦ ਮਤਲਬ ਟਾਈਮ ਵੇਸਟ ਨਹੀਂ ਹੁੰਦਾ ਯਾਰ। ਗਾਈ ਸਿੱਧੀ ਜੀ ਗੱਲ ਆ, ਆਫਟਰ ਪਲੱਸ ਟੂ ਤੋਂ ਆਓਗੇ, ਸਭ ਤੋਂ ਵੱਡੀ ਗੱਲ ਹੈ ਕਿ 12th ਕਰਕੇ ਆ ਜਾਓ, ਤੁਹਾਡਾ ਸਭ ਕੁਝ ਤੁਸੀਂ ਸੈਟਲ ਹੋ ਜਾਓਗੇ ਬੜੇ ਆਰਾਮ ਨਾਲ, ਈਜ਼ੀਲੀ ਜਲਦੀ ਹੋ ਜਾਓਗੇ। ਗ੍ਰੈਜੂਏਸ਼ਨ ਤੁਸੀਂ ਉੱਥੋਂ ਕਰਕੇ ਆਏ, 3 ਸਾਲ ਉੱਥੇ ਲਾ ਕੇ ਆਏ, ਸੋ ਤੁਹਾਨੂੰ ਉਹ ਵੀ ਟਾਈਮ ਲੱਗਣਾ ਹੈ ਨਾ ਸੈਟਲ ਹੋਣ 'ਤੇ ਇੱਥੇ। ਉਹ ਚੀਜ਼ਾਂ ਹੁੰਦੀਆਂ ਮੇਰੇ ਹਿਸਾਬ ਨਾਲ, ਬਾਕੀ ਸਾਰਾ ਕੁਝ ਵਧੀਆ ਆ ਯਾਰ। ਗਾਈਸ, ਕੈਨੇਡਾ ਵਰਗਾ ਦੇਸ਼ ਨਹੀਂ ਲੱਭਣਾ ਤੁਹਾਨੂੰ ਮੇਰੇ ਹਿਸਾਬ ਨਾਲ, ਬਿਕੋਜ਼ ਐਵਰੀ ਕਲਚਰ ਹਰ ਕਲਚਰ ਦਾ ਬੰਦਾ ਇੱਥੇ ਰਹਿੰਦਾ ਆ, ਠੀਕ ਆ। ਐਕਸਪੋਜ਼ਰ ਬਹੁਤ ਆ, ਘੁੰਮਣ ਫਿਰਨ ਨੂੰ ਬਹੁਤ ਆ, ਘੁੰਮਣ ਫਿਰਨ ਦੇ ਜਿਹੜੇ ਸ਼ੌਂਕੀ ਆ ਉਹ ਬਹੁਤ ਜ਼ਿਆਦਾ ਇੱਥੇ ਜਗ੍ਹਾ ਆ। ਸੋ ਇਹ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਮੇਰੇ ਹਿਸਾਬ ਨਾਲ ਕਿ ਵਧੀਆ ਚੀਜ਼ਾਂ ਆ। ਆਫਟਰ ਪਲੱਸ ਟੂ ਆ ਜਾਣਾ ਚਾਹੀਦਾ ਆ, ਉਹਦੇ 'ਚ ਕੋਈ ਗਲਤ ਗੱਲ ਨਹੀਂ ਆ। ਬਾਕੀ ਮੈਂ ਪਲੈਨਿੰਗ ਕਰ ਰਿਹਾ ਕਿ ਕੁਝ ਇੱਦਾਂ ਦੀ ਵੀਡੀਓਜ਼ ਲੈ ਕੇ ਆਵਾਂ ਜਿਹੜੀਆਂ ਲੋਕ ਆਪਣਾ ਜਿਹੜਾ ਐਕਸਪੀਰੀਅੰਸ ਆ ਮੇਰੇ ਨਾਲ ਸ਼ੇਅਰ ਕਰਨ, ਅਤੇ ਮੈਂ ਉਹ ਤੁਹਾਨੂੰ ਸ਼ੇਅਰ ਕਰਵਾਵਾਂ ਕਿ ਹਾਂ ਬਾਈ ਕੀ ਇੱਥੇ ਹੁੰਦਾ ਆ, ਕੀ ਲੋਕਾਂ ਦੇ ਉੱਤੇ ਬੀਤੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਵਾਂ। ਮੈਂ ਟਰਾਈ ਕਰ ਰਿਹਾ ਵਾਂ, ਜਿੰਨੀ ਜਲਦੀ ਉਹ ਵੀਡੀਓਜ਼ ਬਣ ਸਕੀਆਂ ਮੈਂ ਜ਼ਰੂਰ ਲੈ ਕੇ ਆਊਂਗਾ। ਬਾਕੀ ਜੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਸ਼ੇਅਰ ਕਮੈਂਟ ਹੁਣੇ ਕਰ ਦਿਓ ਪਲੀਜ਼। ਕਮੈਂਟ ਜ਼ਰੂਰ ਕਰਿਓ, ਬਿਕੋਜ਼ ਕਮੈਂਟ ਨਾਲ ਕੀ ਹੋਏਗਾ, ਰੀਚ ਵਧੇਗੀ, ਜ਼ਿਆਦਾ ਲੋਕਾਂ ਤੱਕ ਪਹੁੰਚੇਗੀ। ਬਾਕੀ ਅਗਰ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਤਾਂ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਉਹਦੇ ਵਿੱਚ ਰਿਪਲਾਈ ਕਰ ਦਿਆਂਗਾ। ਓਕੇ ਜੀ, ਟਿਲ ਦੈਨ ਬਾਏ ਬਾਏ, ਟੇਕ ਕੇਅਰ, ਜੋ ਕਰਨਾ ਕਰੋ, ਬਟ ਆਪਣੇ ਘਰਦਿਆਂ ਨੂੰ ਤੰਗ ਨਾ ਕਰੋ। ਬਾਏ।